जगत में
सतगुरु जेवड़ दाता कौन है? सब सुने हो लोग सुनाया। एक खूब शब्द में बड़ी खूबसूरत स्पष्ट गल की कह लगे जे सतगुरु मिल मन्ने जेडे सतगुरु मिलते मिल के मन जान उन्हां दा मन मन जाए गुरु प्रति शबका न रहे गुरु प्रति दुबदा न रहे। कह लगे जे सतगुरु सतगुरु मिले मिल मन्ने जे सतगुरु नूं मिल मन्ने सो हलत पलत सिज्जे उन्हां नूं संसार दा जीवन सच्चे की दरगाह का फैसला सब दस दिस पैंदा उन्हें कोई चिंता दुखदा बाकी नहीं रहती। सतगुरु को मिल मन्ने सो हलत पलत सिज्जे जे वेमुख होवे इको तो कर दोनों फैसले जे वेमुख होवे तो फिर प्रिष्ट तहान हम पूछिए जी आखिर ये गल क्यों आख रहे हो? सानू की पता सतगुरु कौन है? अज ते सब तो वड्डा दुखांत ही ये हो रहा सतगुरु कौन है। कर्ज की जो एक हो फिक्र जन्म ही नहीं लगता मेरा गुरु के है जो एक तो ज्यादा सामने हो ता एक सवाल खड़ा हो जाता है केड़ा है हालांकि फैसला गुरु नाल नाल दे रहे ताकि इनके मन की दुबदा ना रहे। क्यों दे रहे ये लोड़ भी गुरु नूं क्यों पई? क्योंकि उन्हें वेख्या संसार के लोगों ने एक गुरु ते विश्वास ही नहीं किया लाइन ला दी गुरु दिया। हुण मैं इन्हां दा भुलेखा किवें दूर करा? सतगुरु बाणी का एक लफ्ज बड़ा प्रचलित है आप कहने गुरु ने जवाब दिता जिस मिले मन होए आनंद जेड़े जेड़े का मतलब होंगे जो बहुते होने के पिछों आखीदा है ना कि जिंदगी आ निशानी होवे
ਜੀ ਕਲੇਸ਼ ਹੀ ਪਿਆਰ ਹੈ ਗੁਰੂ ਦੇ ਨਾਂ ਤੇ, ਜੇ ਗੁਰੂ ਦੇ ਨਾਂ ਤੇ ਦੁਬਦਾ ਹੀ ਖੜੀ ਰਹਿ ਤੇ ਫਿਰ ਕੋ ਗੁਰੂ ਤਾਂ ਨਾ ਹੋਏ ਫੈਸਲਾ ਬਾਣੀ ਦੇ ਉੱਥੇ ਆਨੰਦ ਤੇ ਨਹੀਂ ਖੁਸ਼ੀ ਤੇ ਨਹੀਂ ਕਲੇਸ਼ ਤੇ ਜਿਸ ਗੁਰੂ ਦੇ ਨਾਂ ਤੇ ਕਲੇਸ਼ ਪੈਂਦਾ ਉਹ ਗੁਰੂ ਕਿਵੇਂ ਹੋਇਆ ਗੁਰੂ ਤੇ ਨਿਸ਼ਾਨੀ ਇਹ ਦੱਸ ਰਹੇ ਜਿਸ ਮਿਲਿਆ ਮਨ ਹੋਏ ਆਨੰਦ ਸੋ ਸਤਿਗੁਰ ਕਹੀਐ ਸਾਂਝੀ ਕਰਨਾ ਚਾਹੁੰਦਾ ਗੁਰਬਾਣੀ ਰਾਹੀਂ ਕਹਿਣ ਲੱਗੇ ਗੁਰੂ ਦੀ ਨਿਸ਼ਾਨੀ ਹੈ ਉੱਥੇ ਦੁੱਖ ਦਾ ਮਿਟਦੀ ਹੈ ਦੁੱਖ ਦਾ ਖਤਮ ਹੁੰਦੀ ਹੈ ਲੋ ਦੁੱਖ ਦਾ ਕਿਵੇਂ ਪੈਂਦੀ ਹੈ ਤੇ ਕਿਵੇਂ ਖਤਮ ਹੁੰਦੀ ਹੈ ਮੈਂ ਇਸ ਸੰਬੰਧੀ ਤੁਹਾਡੇ ਨਾਲ ਵਿਚਾਰ ਕਰਨਾ ਚਾਹੁੰਦਾ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਗੁਰਗੱਦੀ ਦਿਹਾੜਾ ਮਨਾ ਰਹੇ ਕਦਮ ਕਦਮ ਤੇ ਦੁੱਖ ਦਾ ਖੜੀਆਂ ਕਰ ਰਹੀਆਂ ਨੇ ਉਹਦਾ ਮਤਲਬ ਗੁਰੂ ਨਾਲ ਸਾਡਾ ਸੰਬੰਧ ਨਹੀਂ ਰਿਹਾ ਈਵਨ ਗੁਰੂ ਗੱਦੀ ਦੀਆਂ ਤਾਰੀਖਾਂ ਵੀ ਦੁੱਖ ਦਾ ਵਿੱਚ ਨੇ ਨਾਨਕ ਸ਼ਾਹੀ ਕੈਲੰਡਰ ਮੁਤਾਬਕ 20 ਅਕਤੂਬਰ ਹੈ ਨਿਸ਼ਚਿਤ ਕੈਲੰਡਰ ਕਹਿੰਦੇ ਨੇ ਈਸਵੀ ਕੈਲੰਡਰ ਦੀ ਬਜਾਏ ਨਾਨਕ ਸ਼ਾਹੀ ਕੈਲੰਡਰ ਦੀ ਬਜਾਏ ਜਿਸ ਨੂੰ ਬਿਕਰਮੀ ਕੈਲੰਡਰ ਰੱਖਦੇ ਨੇ ਉਹਦੀਆਂ ਤਾਰੀਖਾਂ ਬਦਲਦੀਆਂ ਰਹਿੰਦੀਆਂ ਨੇ ਜਦੋਂ 300 ਸਾਲਾਂ ਪੁਰਬ ਬਣਾਇਆ ਸੀ ਨਾ ਉਦੋਂ 30 ਤਾਰੀਖ ਉਹ ਕਹਿੰਦੇ ਸਨ ਨਾਨਕ ਸ਼ਾਹੀ ਕੈਲੰਡਰ ਵੀ ਕਹਿੰਦਾ ਤੇ ਐਤਕੀ ਤਾਰੀਖ ਬਦਲੀ ਹੋਈ ਹੈ ਹੁਣ 25 ਇਹਦਾ ਮਤਲਬ ਦੁਬਦਾ ਪੈ ਗਈ ਨਾ ਹਮੇਸ਼ਾ ਸਿੱਖ ਪੁੱਛਦਾ ਹੀ ਰਹਿ ਜਾਏ ਕਿ ਮੇਰੇ ਗੁਰੂ ਦਾ ਗੁਰਗੱਦੀ ਦਿਹਾੜਾ ਕਦੋਂ ਹੈ ਚਲੋ ਮੈਂ ਅੱਜ ਇਸ ਵਿਸਥਾਰ ਵਿੱਚ ਨਾ ਜਾਵਾਂ ਗੁਰਗੱਦੀ ਦਾ ਦਿਹਾੜਾ ਪੁਰਬ ਮਨਾ ਰਿਹਾ ਮੈਂ ਇੱਥੇ ਰੁਕਣਾ ਚਾਹੁੰਦਾ ਕਿ ਇਹ ਗੱਦੀ ਨਿਸ਼ੀਨੀ ਦਾ ਰਿਵਾਜ਼ ਕਿਉਂ ਤੇ ਕਦੋਂ ਪਿਆ ਦਾ ਫਸਲਾ ਅੱਜ ਇਹ ਆਖਰ ਗੁਰਗੱਦੀ ਨਿਸ਼ੀਨੀ ਗੱਦੀ ਨਿਸ਼ੀਨੀ ਦੀ ਲੋੜ ਹੀ ਕਿਉਂ ਪਈ ਜੇ ਪੁਰਾਣੇ ਸਮੇਂ ਦੇ ਮੁਤਾਬਕ ਨਿਯਮ ਜਿਹੜਾ ਬਣਿਆ ਹੋਇਆ ਸੀ ਕਿ ਪਿਤਾ ਦੇ ਜਾਣ ਤੋਂ ਬਾਅਦ ਪੁੱਤਰ ਉਸ ਗੱਦੀ 'ਤੇ ਬਹਿ ਜਾਂਦਾ ਦੁਕਾਨਾਂ ਵਿੱਚ ਵੀ ਹਰ ਕੰਮਾਂ ਵਿੱਚ ਵੀ ਇੱਕ ਇੰਡਸਟਰੀ ਦਾ ਮਾਲਕ ਪਿਤਾ ਹੈ ਉਹਦੇ ਜਾਣ ਤੋਂ ਬਾਅਦ ਉਸ ਗੱਦੀ 'ਤੇ ਪੁੱਤਰ ਬਹਿ ਜਾਂਦਾ ਇੱਕ ਦੁਕਾਨ ਤੇ ਪਿਤਾ ਬੈਠਾ ਉਹਦੇ ਜਾਣ ਤੋਂ ਬਾਅਦ ਉਹਦੀ ਗੱਦੀ ਤੇ ਪੁੱਤਰ ਬੈਠ ਜਾਂਦਾ ਬਣਿਆ ਜੇ ਉਸ ਨਿਯਮ ਦੇ ਵਿੱਚ ਕੋਈ ਪਰੇਸ਼ਾਨੀ ਨਾ ਹੁੰਦੀ ਤਾਂ ਇਹ ਨਵਾਂ ਨਿਯਮ ਗੱਦੀ ਨਿਸ਼ੀਨੀ ਦੀ ਲੋੜ ਕਿਉਂ ਪਈ ਲੋ ਇੱਥੇ ਰੁਕਣਾ ਚਾਹੁੰਦਾ ਉਹਦੇ ਵਿੱਚ ਝਗੜੇ ਸਨ ਇੱਕ ਪੁੱਤਾਂ ਦੇ ਚਾਰ ਪੁੱਤਰ ਨੇ ਉਹਦੇ ਜਾਣ ਤੋਂ ਬਾਅਦ ਕਿਹੜਾ ਉਸ ਇੰਡਸਟਰੀ ਦਾ ਮਾਲਕ ਬਣੇ ਗੱਡੀਆਂ ਪੈਣੀਆਂ ਕੇਸ ਚੱਲਣੇ ਤਲਵਾਰਾਂ ਚੱਲਣੀਆਂ ਡਾਂਗਾਂ ਚੱਲਣੀਆਂ ਹੁੰਦੀਆਂ ਰਾਜ ਸਿੰਘਾਸਨਾਂ ਵਿੱਚ ਵੀ ਇਹ ਹੋਇਆ ਰਾਜਿਆਂ ਦੀ ਕੋਈ ਵੱਡੀ ਸ਼ਕਤੀ ਹੁੰਦੀ ਉਸ ਸ਼ਕਤੀ ਦਾ ਮਾਲਕ ਹਰ ਕੋਈ ਬਣਨਾ ਚਾਹੁੰਦਾ ਉਹਦਾ ਨਤੀਜਾ ਇਹ ਹੋਇਆ ਇੱਕ ਰਾਜੇ ਦੇ ਇੱਕ ਬਾਦਸ਼ਾਹ ਦੇ ਮਰਨ ਤੋਂ ਬਾਅਦ ਉਹਦਾ ਪੁੱਤਰਾਂ ਦੀਆਂ ਆਪਸ ਵਿੱਚ ਲੜਾਈਆਂ ਹੋ ਗਈਆਂ ਯੁੱਧ ਹੋ ਗਏ ਜੰਗ ਹੋ ਗਏ ਭਰਾਵਾਂ ਨੇ ਭਰਾਵਾਂ ਨੂੰ ਮਾਰਨਾ
औरंगजेब दे समय दी कहानी पढ़ने अपने प्राण कतल किया अपने पिता नु आप मारिया ये सब कुछ क्यों पैदा हो रहा है राजसी दस ले गद्दी ले लो इस दुखांत विच्चों सियानिया ने एक निजम कढ़े ते उस निजम नु गुरु ने मुख रूप विच अपनाया क्योंकि ये नहीं कि पिता दे विरसे दा विरासत दा मालिक पुत्र और योग भी हो सकता कई ऐसे पुत्र ने पिता दी संपदा दा बर्बाद कर दिंदे सत्यानाश कर दिंदे काम विच कुछ नहीं गरीबी आ जाती अयाशी विच गवा दिंदे पिता दा हक है जिसने संपदा बनाई और देखे भी मेरा योग पुत्र केड़ा है कारोबार बर्बाद ना करता है योग पुत्र के नहीं पावे चार ही होंगे अपने ने मैं जरा इस पास बदलना चाह रहा हूं गद्दी मिशनी है पावे चार ही होंगे अपने ने उनकी रिस्पांस पर उन्होंने भी तो देखे अयाश बर्बाद करने वाला संपदा खराब खत्म करने वाला केड़ा है सियानी सोच वाला बना के रखने वाला संभाल के रखने वाला मेरा सम्मान मान बधान वाला केड़ा है कौन कर सके लो इत्थों एक सियाणप दा मसला पैदा होया कि गद्दी अपने हथें अपनी मौजूदगी विच दित्ती जाए क्योंकि बाद विच ते चले होंगे बाद में इख्तलाफ होंगे जिन्हें नहीं योग अयोग पुत्र भी दावा करेंगे इनके कोई शक नहीं अयोग पुत्र भी दावा करेंगे और कुंदा इसलिए सियाने पुरुषा ने कार्ड कड़ी भी चंगी गल यह हो पिता अपनी मौजूदगी विच अपने विरसे विरासत नू जिन्हों योग समझता है उनके हक विच फैसला दे जाए उन्हें हाथ में फैसला दे जाए कि उस फैसले की निशानी की हो गई टिकन का लफज की है तिलक देने का लफज की है गुरबाणी ने इथे मन लिया टिक्का लगा यह निशानी होंगी सी चोन की कि मेरी चोन यह है लाना एक निशान लाना अपनी जदों बच्चों के रिश्तों की चोन करते हैं ना उदो भी मुंडे नूं आके टिक्का लाते हैं कारण की यह साबित करना यह कहना कि मेरी यह पसंद है परिवार वाले आखते हैं साड़ी यह पसंद है तो गुरु ने आख्या मेरे तो बाहर हो सकता है कौम विच वंडियां पै जाण को तरीका अपनाया मेरे तो बाद कौम विच वंडियां पै जाण दावेदार बहुते हो जाण परेशानी ना खड़ी हो गई गुरु ने वो गद्दी निशनी दा टिकन दा टिक्का लाउण दा जिहड़ा निजम सी वो अपनाया ते अपनाया अपनी हथी क्योंकि उन्होंने पता सी भी जे मैं लोगों को फैसला लवागा तो फिर लोग तो बनने हम हर किसी की अपनी अपनी बुद्धि कोई किसी को मनी बैठा कोई किसी को मनी बैठा लोग परंपरावादी ने हर कोई ज्ञानवान पुरुष अजीब गल यह है भी टिकना तो हो गुरु को फैसला तो यह करना हो कि गुरु कहड़ा है करने ख्याल करे ते उन्हें चोर सेक करे कि डीजीप गला सेक कर दिया थी ये पता किसे स्कूल दा कॉल दा प्रिंसिपल रखना होगे तो सुबह विद्यार्थियों ने उठ कर के आख दिया दसों भी थोड़ा प्रिंसिपल किन्हों रखिए दसों विद्यार्थी तो फैसला नहीं ना प्रिंसिपल देगा
ਉੱਤੇ ਵਿਦਵਾਨਾਂ ਦਾ ਬੋਰਡ ਹੀ ਬੈਠੇਗਾ, ਉਹ ਕਰੇ। ਵਿਦਿਆਰਥੀਆਂ ਦਾ ਇਹ ਹੁਕਮ ਹੈ, ਜਿਹੜਾ ਤੁਹਾਡੇ ਲਈ ਪ੍ਰਿੰਸੀਪਲ ਨਿਸ਼ਚਿਤ ਕਰ ਦਿੱਤਾ ਜਾਏ ਅੱਜ ਤੋਂ ਤੁਸੀਂ ਇਸੇ ਦੇ ਹੁਕਮ ਵਿੱਚ ਚੱਲਣਾ, ਇਹੋ ਕਿਹਾ ਜਾਂਦਾ। ਕਦੀ ਵੀ ਵਿਦਿਆਰਥੀ ਚੋਣ ਨਹੀਂ ਕਰਦੇ ਆਪਣੇ ਪ੍ਰੋਫੈਸਰ ਨੂੰ, ਐਸਾ ਨਹੀਂ ਹੋਇਆ। ਗੁਰੂ ਬੜਾ ਸਿਆਣਾ, ਉਹ ਕਹਿੰਦਾ ਮੈਂ ਸਿੱਖ ਸੰਗਤਾਂ ਕੋਲੋਂ ਪੁੱਛਾਂ ਤਾਂ ਮੇਰੇ ਤੋਂ ਬਾਅਦ ਤੁਹਾਨੂੰ ਗੁਰੂ ਕਿਹੜਾ ਚਾਹੀਦਾ, ਦੱਸੋ। ਫੈਸਲਾ ਵੀ ਇਹਨਾਂ 'ਤੇ ਕਿਉਂ ਛੱਡਣਾ, ਹੋ ਸਕਦਾ ਇਹ ਪ੍ਰਵਾਨ ਇਹਨਾਂ ਦੀ ਮਰਜ਼ੀ ਵੱਖ ਵੱਖ ਹੋਵੇ। ਗੁਰੂ ਨੇ ਆਖਿਆ ਕਿਸੇ ਕੋਲੋਂ ਰਾਇ ਲੈਣ ਦੀ ਲੋੜ, ਇਹ ਗੁਰੂ ਨਾਨਕ ਦਾ ਪਹਿਲਾ ਫੈਸਲਾ ਸੀ। ਫੈਸਲੇ ਮੇਰੇ ਲਈ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਨੇ, ਇੱਥੇ ਲਫ਼ਜ਼ ਨੇ। ਹੋਂਦ ਵਿੱਚ ਇਹ ਨਹੀਂ ਮੇਰੇ ਤੋਂ ਬਾਅਦ, ਇਹ ਕਹਿ ਦੇਣਾ ਵੀ ਵੱਖਰੀ ਗੱਲ ਹੈ ਕਿ ਮੇਰੇ ਤੋਂ ਬਾਅਦ ਇਹਨੂੰ ਗੁਰੂ ਬਣਾ ਦਿਓ ਜੀ, ਇਹ ਵੀ ਗੱਲ ਫਿਰ ਅਣਹੋਣੀ ਰਹਿ ਜਾਂਦੀ ਹੈ, ਦੁਬਦਾ ਵਾਲੀ ਰਹਿ ਜਾਂਦੀ ਹੈ, ਸ਼ੱਕੀ ਰਹਿ ਜਾਂਦੀ ਹੈ। ਫਿਰ ਲੋਕ ਕਹਾਣੀਆਂ ਕੱਢਦੇ ਨੇ, ਉਹ ਜੀ ਮੇਰੇ ਕੋਲ ਆਹ ਗੱਲ ਕਹੀ ਸੀ ਮਹਾਂਪੁਰਸ਼ਾਂ ਨੇ, ਮੈਨੂੰ ਆਹ ਕਹਿ ਕੇ ਗਿਆ ਸਭ ਫਲਾਣੇ ਨੂੰ ਮੰਨਿਓ, ਦੁਬਦਾ ਪੈ ਗਈ ਨਾ। ਮੇਰੇ ਤੋਂ ਬਾਅਦ ਕੋਈ ਆਪਣੀਆਂ ਮੁਖਤਲਿਫ ਰਾਇਆਂ ਖੜੀਆਂ ਕਰ ਲੈ, ਕਹਿ ਲੱਗੇ ਨਹੀਂ ਮੈਂ ਆਪਣੇ ਹੁੰਦਿਆਂ ਹੋਇਆਂ ਆਪਣੀ ਹੱਥੀ ਨਿਸ਼ਾਨ ਦੇ ਜਾਣਾ ਚਾਹੁੰਦਾ, ਤਿਲਕ ਟਿੱਕਾ ਟਿਕ ਜਾਣਾ ਚਾਹੁੰਦਾ। ਗੁਰਬਾਣੀ ਨੇ ਇਸ ਗੱਲ ਨੂੰ ਇੰਨ ਬਿੰਨ ਵਰਤਿਆ ਤੇ ਕਹਿ ਲੱਗੇ ਗੁਰੂ ਬਣਿਆ। ਜੇ ਗੁਰੂ ਦੀ ਵਡਿਆਈ ਗੁਰੂ ਅਮਰਦਾਸ ਸਾਹਿਬ ਨੂੰ ਮਿਲੀ, ਜੇ ਉਹ ਗੁਰੂ ਬਣਿਆ ਤੇ ਕਹਿੰਦੇ ਨੇ ਗੁਰੂ ਨੇ ਆਪ ਬਣਾਇਆ, ਸਤਿਗੁਰੂ ਕੀ ਵਡਿਆਈ ਸਤਿਗੁਰੂ ਦਿੱਤੀ। ਪਰ ਅਗਲੇ ਪਾਸੇ ਅੱਧੀ ਤੁਕ ਅੰਦਰ ਇੱਕ ਹੋਰ ਲਫ਼ਜ਼ ਹੈ, ਉਹ ਹੈ ਧੁਰੋਂ ਹੁਕਮ ਬੂਝ ਨਿਸ਼ਾਨ, ਰੱਬੀ ਮਰਜ਼ੀ ਤੁਰਦੇ ਹੁਕਮ ਨੂੰ ਬੁੱਝ ਕੇ ਰੱਬੀ ਰਜ਼ਾ ਨੂੰ ਪਛਾਣ ਕੇ ਜੋ ਮੇਰੇ ਮਾਲਕ ਦੀ ਮਰਜ਼ੀ ਹੈ ਉਸ ਮਰਜ਼ੀ ਦੇ ਮੁਤਾਬਕ ਸਤਿਗੁਰੂ ਨੇ ਸਤਿਗੁਰੂ ਦੀ ਵਡਿਆਈ ਅੱਗੇ ਦਿੱਤੀ। ਗੁਰਬਾਣੀ ਦਾ ਸ਼ਬਦ ਸਤਿਗੁਰ ਦੀ ਵਡਿਆਈ ਸਤਿਗੁਰ ਦਿੱਤੀ, ਧੁਰੋਂ ਹੁਕਮ ਬੁੱਝ ਨਿਸ਼ਾਨ, ਰੱਬੀ ਹੁਕਮ ਮੁਤਾਬਕ। ਗੁਰੂ ਅਮਰਦਾਸ ਸਾਹਿਬ ਦੇ ਜੋਤੀ ਜੋਤ ਸਮਾਨ ਚੋਲਾ ਬਦਲ ਤੋਂ ਪਹਿਲਾਂ ਦੇ ਜਿਹੜੇ ਲਫ਼ਜ਼ ਉਹ ਵੀ ਗੁਰਬਾਣੀ ਵਿੱਚ ਨੇ, ਸਾਰਾ ਕੁਛ ਸਾਨੂੰ ਬਾਣੀ ਵਿੱਚੋਂ ਮਿਲਦਾ ਫੈਸਲਾ। ਤੇ ਫਿਰ ਵੀ ਅਸੀਂ ਅੱਖਾਂ ਬੰਦ ਕੀਤੀ ਰੱਖੀ ਹੈ, ਸਾਡਾ ਕੋਈ ਟਿਕਾਣਾ ਨਹੀਂ। ਉੱਥੇ ਵੀ ਇਹੋ ਗੱਲ ਆਖਦੇ ਨੇ, ਕਹਿੰਦੇ ਨੇ ਗੁਰੂ ਨੇ ਉਹ ਕੀਤਾ ਜੋ ਮੇਰੇ ਮਾਲਕ ਨੇ ਆਖਿਆ। ਸਤਿਗੁਰ ਪੁਰਖ ਜੇ ਬੋਲਿਆ ਗੁਰਸਿੱਖਾਂ ਮੰਨ ਲਈ ਲੈ ਜਾਇਆ ਜੀ, ਸਤਿਗੁਰੂ ਨੇ ਆਖਿਆ ਮੈਂ ਆਪਣੀ ਹੱਥੀ ਰਾਮਦਾਸ ਨੂੰ ਟਿਕ ਲਿਆ, ਜਿਵੇਂ ਗੁਰੂ ਨਾਨਕ ਨੇ ਭਾਈ ਲਹਿਣੇ ਨੂੰ ਟਿੱਕਿਆ ਤੇ ਆਪਣੀ ਮੌਜੂਦਗੀ ਵਿੱਚ ਟਿੱਕਿਆ, ਤਾਂ ਕਿ ਲਫ਼ਜ਼ ਦੁਬਦਾ ਨਾ ਰਹੇ, ਮਨ ਕੀ ਦੁਬਦਾ ਬਿਲਸ ਜਾਏ, ਉਹ ਮੁੜ ਕੇ ਦੁਬਦਾ ਨਾ ਪੈ ਜਾਏ। ਇਸ ਲਈ ਗੁਰੂ ਨਾਨਕ ਨੇ, ਹਾਲਾਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਇਸ ਗੱਲ ਨੂੰ ਮੰਨਿਆ ਅੱਜ ਵਾਲੇ ਹਾਲਾਤ ਨੂੰ,
ਕਿ ਸਾਰੀ ਸੰਗਤ ਸਾਰੇ ਲੋਕ ਗੁਰੂ ਨਾਨਕ ਦੇ ਇਸ ਫੈਸਲੇ ਤੇ ਸੰਤੁਸ਼ਟ ਨਹੀਂ ਸਨ। ਆਦਮੀ ਵੱਖਰੇ ਵੱਖਰੇ ਤੁਰੇ ਫਿਰਦੇ ਨੇ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਫੈਸਲੇ ਤੇ ਸੰਤੁਸ਼ਟ ਨੇ, ਪਰ ਉਸ ਫੈਸਲੇ ਨੂੰ ਲਾਗੂ ਕੀਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਆਖਦੇ ਨੇ ਤੋਰ ਦਿੱਤੀ ਨੇ, ਪੁੱਠਾ ਕੰਮ ਕੀਤਾ ਨੇ। ਭਾਵ ਵੇਖੋ, ਲੋਕ ਇਹ ਮਹਿਸੂਸ ਕਰਦੇ ਨੇ, ਇਹਦਾ ਮਤਲਬ ਕੁਛ ਲੋਕ ਉਹ ਵੀ ਨੇ ਜਿਹੜੇ ਉਦੋਂ ਵੀ ਕਿੰਤੂ ਪ੍ਰੰਤੂ ਕਰਦੇ ਸਨ ਗੁਰੂ ਦੇ ਫੈਸਲੇ ਤੇ, ਇਹਨੇ ਉਲਟਾ ਕੰਮ ਕੀਤਾ। ਦੁਨਿਆਈ ਆਖੇ ਕਿ ਕਿਉਂ ਨਾ, ਕਿ ਕਿਉਂ ਨੂੰ ਥੋੜ੍ਹਾ ਵਧਾ ਲਈ ਬਣੇਗਾ, ਕਿ ਕਿਉਂ ਸਾਡੀ ਬੋਲੀ ਹੈ, ਇਹ ਕੀ ਕੀਤਾ ਨੇ। ਹੁਣ ਤੱਕ ਪਿਤਾ ਦੀ ਜਾਇਦਾਦ ਦਾ, ਪਿਤਾ ਦੇ ਵਿਰਸੇ ਦਾ ਮਾਲਕ, ਗੱਦੀ ਦਾ ਮਾਲਕ ਪੁੱਤਰ ਹੁੰਦਾ, ਇਹਨਾਂ ਨੇ ਕੀ ਕੀਤਾ? ਦੋ ਪੁੱਤਰ ਦੀ ਮੌਜੂਦਗੀ ਵਿੱਚ ਉਹਨਾਂ ਦੋਵਾਂ ਨੂੰ ਛੱਡ ਕੇ ਰਾਹ ਜਾਂਦੇ ਆਏ ਹੋਏ ਸੇਵਾਦਾਰ ਨੂੰ ਗੱਦੀ ਦੇ ਦਿੱਤੀ, ਕਿ ਕਿਉਂ? ਇੱਕ ਸਵਾਲ ਹੀ ਆਪਣੀ ਕਰਾਏ ਹੋਰ ਗੰਗ ਵਹਾਈਏ ਦੁਨਿਆਈ ਆਖੇ ਕਿ ਕਿਉਂ। ਪਰ ਗੁਰੂ ਨੇ ਜਵਾਬ ਦਿੱਤਾ, ਕਹਿਣ ਲੱਗੇ ਸਿੱਖਾਂ ਪੁੱਤਰਾਂ ਭੋਖ ਕੈ ਸਭ ਉਮਤ ਵੇਖੇ ਜੇ ਕਿਉਂ। ਜਿਹੜਾ ਕੁਝ ਮੈਂ ਕੀਤਾ ਨਾ, ਉਹ ਐਵੇਂ ਨਹੀਂ ਕੀਤਾ ਸਾਰੀ ਦੁਨੀਆਂ ਨੇ ਵੇਖਿਆ, ਛੁਪਾ ਕੇ ਨਹੀਂ ਕੀਤਾ, ਅੰਦਰ ਬਹਿ ਕੇ ਨਹੀਂ ਕੀਤਾ, ਕਿਸੇ ਨੂੰ ਮੁਗਾਲਤ ਵਿੱਚ ਰੱਖ ਕੇ ਨਹੀਂ ਕੀਤਾ। ਮੈਂ ਸਿੱਖਾਂ ਅਤੇ ਪੁੱਤਰਾਂ ਨੂੰ ਭੋਖ ਕੇ ਚੰਗੀ ਤਰ੍ਹਾਂ ਸੋਧ ਕੇ ਪੜਚੋਲ ਕਰਕੇ ਵੇਖ ਲਿਆ, ਸਭ ਤੋਂ ਸ੍ਰੇਸ਼ਟ ਇਸ ਗੱਦੀ ਦਾ ਮਾਲਕ, ਇਸ ਵਿਰਸੇ ਦਾ ਮਾਲਕ ਕੇਵਲ ਲੈਣਾ ਹੈ। ਹੋਰੇ ਉਹ ਗੰਗ ਵਹਾਈਏ ਦੁਨਿਆਈ ਆਖੇ ਕਿ ਕਿਉਂ। ਤੇ ਗੁਰੂ ਜਵਾਬ ਦਿੰਦੇ ਨੇ, ਕਹਿੰਦੇ ਨੇ ਸਿੱਖਾਂ ਪੁੱਤਰਾਂ ਭੁੱਖ ਕੇ ਸਭ ਉਮਤ ਵੇਖੇ ਜੇ ਕਿਉਂ, ਜੋ ਕੁਝ ਮੈਂ ਕੀਤਾ ਛੁਪਾ ਕੇ ਨਹੀਂ ਕੀਤਾ। ਕਿ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਗੱਦੀ ਦੇਣ ਲੱਗਿਆ ਕੋਈ ਸ਼ਾਮਿਆਨਾ ਲਗਾਇਆ, ਕਨਾਤ ਲਾਈ, ਪਰਦਾ ਕੀਤਾ? ਪਰਦੇ ਵਿੱਚ ਪਹਿਲਾਂ ਅਸੀਂ ਲਿਖ ਦਿੱਤਾ ਗੁਰੂ ਗੋਬਿੰਦ ਸਿੰਘ ਸਾਹਿਬ ਪੰਜਾਂ ਪੈਰਾਂ ਨੂੰ ਲੈ ਕੇ ਉਹ ਝਗੜਾ ਪੈ ਗਿਆ ਨਾ, ਜਿਹੜੀ ਚੀਜ਼ ਛੁਪਾ ਕੇ ਹੁੰਦੀ ਹੈ ਨਾ ਹੁੰਦੀ, ਝਗੜਾ ਪੈ ਗਿਆ। ਕੁਝ ਕਹਿਣ ਲੱਗੇ ਅੰਦਰ ਬੱਕਰੇ ਝਟਕਾ ਡੇ ਕੁਝ ਆਖਿਆ ਸਿਰ ਝਟਕਾ। ਜੇ ਚਿਖਾ ਨੂੰ ਗੁਰੂ ਸੱਚੇ ਪਾਤਸ਼ਾਹ ਜੀ ਦੀ ਚਿਤਾ ਨੂੰ ਅਸੀਂ ਉਦੋਂ ਕੈਨਾਤ ਲਾ ਦਿੱਤੀ ਆਪਣੇ ਲਿਖਤ ਦੇ ਮੁਤਾਬਕ, ਤਾਂ ਉਹਦਾ ਨਤੀਜਾ ਨਿਕਲਿਆ ਨਾ, ਵਿੱਚੋਂ ਪੈਦਾ ਹੋ ਗਿਆ ਨਾਮ ਤਾਹੀ ਵਿਚਾਰਧਾਰਾ ਧਰਮ ਇੱਕ ਸੈਕਸ਼ਨ। ਉਹ ਕਹਿੰਦੇ ਨੇ ਨਹੀਂ, ਗੁਰੂ ਸਾਹਿਬ ਦਾ ਸੰਸਕਾਰ ਨਹੀਂ ਹੋਇਆ, ਦੇਹ ਦਾ ਸੰਸਕਾਰ ਨਹੀਂ ਹੋਇਆ, ਦੁਬਦਾ ਪੈ ਗਈ ਨਾ। ਉਹ ਅੱਜ ਤੱਕ ਇਹ ਧੋਖੀ ਸੰਸਥਾ ਵੱਡੇ ਰੂਪ ਵਿੱਚ ਖੜੀ ਜੋ ਸਿੱਖਾਂ ਦਾ ਹੀ ਹਿੱਸਾ, ਦੁਬਦਾ ਖੜੀ ਕਿਉਂ ਹੋਈ? ਕਿਉਂਕਿ ਪੜਦੇ ਵਿੱਚ ਗੁਰੂ ਦੀ ਕੇਵੀ ਮਹਾਨਤਾ ਹੈ, ਉਹਨੇ ਸਾਨੂੰ ਉਸ ਪਰਦੇ ਦੇ ਦੁਬਦਾ ਤੋਂ ਬਚਾਉਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੱਦੀ ਦੇਣ ਲੱਗਿਆ ਕੋਈ ਕਨਾਤ ਨਹੀਂ ਲਾਈ। ਅਸੀਂ ਫਿਰ ਵੀ ਦੁਬਦਾ ਚ ਰੰਗੀ ਦੀ ਗੱਲ ਇਹ, ਗੁਰੂ ਨੇ ਕੋਈ ਕਨਾਤ ਨਹੀਂ ਲਾਈ, ਸਾਰੀ ਸਿੱਖ ਸੰਗਤ ਦੇ ਸਾਹਮਣੇ ਸਿੰਘਾਸਨ ਬਣਾਇਆ, ਸਾਰੀ ਸਿੱਖ ਸੰਗਤ ਦੇ ਸਾਹਮਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ, ਕਿਸੇ ਹੋਰ ਗ੍ਰੰਥ ਦਾ ਪ੍ਰਕਾਸ਼ ਨਹੀਂ ਕੀਤਾ। ਜੇ ਹੈ ਤਾਂ ਅਸੀਂ ਅੱਜ ਵੀ ਕਹਿੰਦੇ ਲਿਆਓ ਵੀ ਕੋਈ ਗ੍ਰੰਥ ਲਿਆਓ, ਕੋਈ ਐਸਾ ਲਿਖਤ ਲਿਆਓ ਜਿਹਦੇ 'ਚ ਲਿਖਿਆ ਨਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਕੋਈ ਹੋਰ ਗ੍ਰੰਥ ਵੀ ਪ੍ਰਕਾਸ਼ ਸੀ। ਤੁਸੀਂ ਇਹਨਾਂ ਨਹੀਂ ਸਾਬਤ ਕਰ ਸਕਦੇ ਭਲਿਓ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਜਦੋਂ ਗੱਦੀ ਸਿੰਘਾਸਨ ਮਿਲਿਆ ਉਦੋਂ ਜਿਹਨੂੰ ਅੱਜ ਤੁਸੀਂ ਗੁਰੂ ਦਾ ਲਫ਼ਜ਼ ਪੜ੍ਹਦੇ ਹੋ ਗ੍ਰੰਥ ਹੈ ਨਹੀਂ ਸੀ ਕਿ ਨਹੀਂ, ਇਹ ਵੀ ਨਹੀਂ ਸਮਝਿਆ। ਹੈਰਾਨ ਇਸ ਗੱਲ 'ਤੇ ਸਿੱਖ ਅਜੇ ਤੱਕ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਦੁਬਦਾ ਵਿੱਚ ਹੈ। ਦੁਬਦਾ ਅੱਜ ਤੋਂ ਨਹੀਂ, ਉਦੋਂ ਤੋਂ ਪਾਈ ਗਈ
ਹਾਲਾਂਕਿ ਗੁਰੂ ਨੇ ਬੜਾ ਸਪਸ਼ਟ ਤਰੀਕਾ ਅਪਣਾਇਆ ਉਹ ਕਿ ਆਪਣੇ ਹੁੰਦਿਆਂ ਜੇ ਹੁੰਦੇ ਗੁਰੂ ਬੈਠ ਗਿਆ ਇਸ ਜਨ ਕੀ ਵਡਿਆਈ ਵੱਡੀ ਹੋਈ ਇਸ ਕੋ ਜਗਤ ਨਿਵਿਆ ਸਭ ਪੈਰੀ ਪਾਇਆ ਜਿਹੜੇ ਨਹੀਂ ਪੈਰੀ ਪਾਏ ਉਹਨਾਂ ਨੂੰ ਪਾਇਆ ਗੁਰੂ ਨੇ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਵਚਨ ਉਹਨੇ ਆਇਆ ਸੀ ਜੋ ਬੋਲੇ ਪੂਰਾ ਸਤਿਗੁਰੂ ਇੱਥੇ ਲਫ਼ਜ਼ ਹਨ ਸਤਿਗੁਰ ਪੁਰਖ ਨੇ ਬੋਲਿਆ ਗੁਰਸਿੱਖਾਂ ਮੰਨ ਲਈ ਨਜਾਇਜ਼ ਜੀਓ ਮੋਹਰੀ ਪੁੱਤ ਸਣਮੁਖ ਹੋਇਆ ਰਾਮਦਾਸ ਹੈ ਪੈਰੀ ਪਾਏ ਜੀਓ ਸਭ ਪਵੇ ਪੈਰੀ ਸਤਿਗੁਰੂ ਕੇਰੀ ਜਿੱਥੇ ਗੁਰੂ ਆਪ ਰੱਖਿਆ ਜਿੱਥੇ ਗੁਰੂ ਨੇ ਆਪਾ ਰੱਖ ਦਿੱਤਾ ਅਗਲੀ ਲਾਈਨ ਵਿੱਚ ਕਹਿਣ ਲੱਗੇ ਕੋਈ ਕਰ ਬਖੀਲੀ ਮੇਰੇ ਨਹੀਂ ਆਖਿਆ ਤੁਸੀਂ ਪੁੱਤ ਭਾਈ ਪਰਿਵਾਰ ਮੇਰਾ ਸਾਰੇ ਸਮਝ ਲਓ ਰਾਮਦਾਸ ਪੈਰੀ ਪਾਏ ਜੀਓ ਸਭ ਪਵੇ ਪੈਰੀ ਸਤਿਗੁਰੂ ਕੇਰੀ ਜਿੱਥੇ ਗੁਰੂ ਆਪ ਰੱਖਿਆ ਕੋਈ ਕਰ ਵਕੀਲੀ ਨਿਵੇ ਨਾਹੀ ਫਿਰ ਸਤਿਗੁਰੂ ਆਉਣ ਨਿਵਾਇਆ ਦੁਬਦਾ ਅੱਜ ਤੋਂ ਨਹੀਂ ਉਦੋਂ ਵੀ ਕੋਸ਼ਿਸ਼ ਕੀਤੀ ਗਈ ਹਾਲਾਂਕਿ ਗੁਰੂ ਨੇ ਇਸੇ ਦੁਬਦਾ ਨੂੰ ਖਤਮ ਕਰਨ ਲਈ ਇਹ ਤਰੀਕਾ ਅਪਣਾਇਆ ਸੀ ਕਿ ਹੁੰਦੇ ਹੀ ਗੁਰੂ ਬੈਠ ਗਿਆ ਮੈਂ ਆਪਣੀ ਮੌਜੂਦਗੀ ਵਿੱਚ ਗੱਦੀ ਸਿਧਾਸਨ ਟਿੱਕਾ ਤਿਲਕ ਦੇਵਾਂ ਤਾਂ ਕਿ ਮੇਰੀ ਸਿੱਖੀ ਵਿੱਚ ਦੁਬਦਾ ਨਾ ਖੜੀ ਹੋਵੇ ਸ੍ਰੀ ਚੰਦ ਲਖਮੀ ਦਾਸ ਗੁਰੂ ਪੁੱਤਰ ਨੇ ਗੁਰੂ ਪੁੱਤਰ ਨੇ ਨਾ ਭਾਈ ਲੈਣਾ ਇੱਕ ਸੇਵਾਦਾਰ ਹੈ ਸਾਡੇ ਸਾਹਮਣੇ ਅਸੀਂ ਆਪਣੇ ਸਵਾਲ ਲਈ ਆਪ ਹੀ ਜਵਾਬ ਦੇਣਾ ਭਾਈ ਲੈਣਾ ਸੇਵਾਦਾਰ ਸ੍ਰੀ ਚੰਦ ਲਖਮੀ ਦਾਸ ਪੁੱਤਰ ਨੂੰ ਭਾਈ ਲਹਿਣੇ ਨੂੰ ਗੱਦੀ ਮਿਲੀ ਗੁਰੂ ਨੇ ਆਪ ਦਿੱਤੀ ਉਹਦਾ ਨਾਮ ਗੁਰੂ ਅੰਗਦ ਸਾਹਿਬ ਹੋਇਆ ਕਿਸੇ ਨੇ ਆਖਿਆ ਵੀ ਇਹ ਤਾਂ ਸੇਵਾਦਾਰ ਸੀ ਪੁੱਤਰ ਤਾਂ ਨੇ ਸਾਡਾ ਗੁਰੂ ਇਹ ਹੋਏਗਾ ਦੱਸੋ ਤੁਸੀਂ ਭਾਈ ਦੂਜੇ ਪਾਸੇ ਆਪਾਂ ਸੋਚੀਏ ਸ੍ਰੀ ਚੰਦ ਲਖਮੀ ਦਾਸ ਨੂੰ ਗੁਰੂ ਮੰਨਦੇ ਹੋ ਮੈਂ ਤੁਹਾਡੇ ਕੋਲ ਬਹੁਤ ਮੰਗਣਾ ਚਾਹੁੰਦਾ ਸ੍ਰੀ ਚੰਦ ਲਖਮੀ ਦਾਸ ਨੂੰ ਗੁਰੂ ਮੰਨਦੇ ਹੋ ਉਹ ਤਾਂ ਪੁੱਤਰ ਨੇ ਕਿਉਂ ਕਿਉਂਕਿ ਗੁਰੂ ਨੇ ਫੈਸਲਾ ਦੇ ਦਿੱਤਾ ਹੈ ਫੈਸਲਾ ਕੀ ਸੀ ਗੁਰੂ ਅਮਰਦਾਸ ਸਾਹਿਬ ਦੇ ਪੁੱਤਰ
ਫਿਰ ਦੋ ਹੋਏ ਮੋਹਨ ਤੇ ਮੋਹਰੀ ਪਰ ਗੱਦੀ ਭਾਈ ਜੇਠੇ ਨੂੰ ਰਾਮਦਾਸ ਨੂੰ ਮਿਲੀ ਵੀ ਤੁਸੀਂ ਦੱਤ ਮੋਹਨ ਤੇ ਮੋਹਰੂ ਨੂੰ ਗੁਰੂ ਮੰਨਦੇ ਹੋ ਇਹ ਆਖਦੇ ਹੋ ਕਿਉਂਕਿ ਉਹ ਗੁਰੂ ਦੇ ਪੁੱਤਰ ਨੇ ਹਾਲਾਂਕਿ ਇਹਦੇ ਵਿੱਚ ਤਾਂ ਕੋਈ ਸ਼ੱਕ ਨਹੀਂ ਨਾ ਵੀ ਗੁਰੂ ਦੇ ਪੁੱਤਰ ਨੇ ਪਰ ਗੱਦੀ ਉਹਨਾਂ ਨੂੰ ਨਹੀਂ ਮਿਲੀ ਭਾਵੇਂ ਗੁਰੂ ਦੇ ਪੁੱਤਰ ਹੋਣਗੇ ਮੰਨ ਲਓ ਚਲੋ ਨਹੀਂ ਨਾ ਮਿਲੀ ਗੱਦੀ ਇਸ ਲਈ ਅਸੀਂ ਉਹਨੂੰ ਗੁਰੂ ਨਹੀਂ ਮੰਨਦੇ ਗੁਰੂ ਰਾਮਦਾਸ ਸਾਹਿਬ ਦੇ ਫਿਰ ਅਗਾਂਹ ਤਿੰਨ ਪੁੱਤਰ ਨੇ ਕਿੱਡੀ ਅਜੀਬ ਗੱਲ ਹੈ ਦੋ ਪੁੱਤਰ ਵੱਡੇ ਨੇ ਮਹਾਂਦੇਵ ਤੇ ਪ੍ਰਿਥੀ ਚੰਦ ਗੱਦੀ ਛੋਟੇ ਪੁੱਤਰ ਅਰਜਨ ਨੂੰ ਦਿੱਤੀ ਤੇ ਕੋਸ਼ਿਸ਼ ਪ੍ਰਿਥੀ ਚੰਦ ਦੀ ਵੀ ਇੰਨੀ ਰਹੀ ਕਿ ਬਰਾਬਰ ਉਹ ਰਚਨਾਵਾਂ ਬਾਣੀਆਂ ਵੀ ਰਚਦਾ ਗਿਆ ਤੇ ਪੁੱਤਰ ਵੀ ਗੁਰੂ ਰਾਮਦਾਸ ਸਾਹਿਬ ਦਾ ਹੈ ਸਭ ਤੋਂ ਪਹਿਲਾਂ ਗੁਰੂ ਰਾਮਦਾਸ ਸਾਹਿਬ ਦੀ ਗੋਦੀ ਵਿੱਚ ਆਇਆ ਪਹਿਲਾਂ ਉਹਨੇ ਗੋਦੀ ਰਿਸੀਵ ਕੀਤੀ ਪਰ ਉਹਨੂੰ ਤੁਸੀਂ ਗੁਰੂ ਮੰਨਦੇ ਹੋ ਸੋਚਿਓ ਤੁਹਾਡੇ ਕੋਲ ਕੁਛ ਚਾਹਣਾ ਅੱਜ ਗੁਰੂ ਸੱਚੇ ਪਾਤਸ਼ਾਹ ਜੀ ਦਾ ਗੁਰਗੱਦੀ ਦਿਹਾੜਾ ਬਣਾ ਰਹੇ ਹੋ ਐਵੇਂ ਗੱਲਾਂ ਕਰਕੇ ਤੇ ਗੁਰਗੱਦੀ ਦਿਹਾੜਾ ਮਨਾ ਕੇ ਕਿਹੜਾ ਪ੍ਰਸ਼ਾਦ ਛੱਕ ਕੇ ਲੰਗਰ ਛੱਕ ਕੇ ਨਾ ਤੁਰ ਜਾਈਏ ਸਾਡਾ ਮਸਲਾ ਹੱਲ ਹੋਣਾ ਚਾਹੀਦਾ ਕਮ ਸੇ ਕਮ ਦੁਨੀਆਂ ਦਾ ਨਾਂ ਸਹੀ ਸੰਸਾਰ ਦਾ ਨਾਂ ਸਹੀ ਪੂਰੀ ਸਿੱਖੀ ਦਾ ਨਾਂ ਸਹੀ ਕੌਮ ਦਾ ਨਾਂ ਸਹੀ ਸਾਡਾ ਤਾਂ ਹੋਵੇ ਜਿਹੜੇ ਅਸੀਂ ਗੁਰੂ ਘੇਰ ਵਿੱਚ ਬੈਠ ਕੇ ਮਨਾਉਣੇ ਤੁਸੀਂ ਪਿੱਛੇ ਚੰਦ ਨੂੰ ਮਹਾਂਦੇਵ ਨੂੰ ਗੁਰੂ ਮੰਨਦੇ ਹੋ ਉਹ ਵੀ ਤਾਂ ਪੁੱਤਰ ਹੈ ਵੱਡਾ ਪੁੱਤਰ ਹੈ ਪਿੱਛੇ ਚੰਦ ਦੀ ਇੰਨੀ ਰਚਨਾ ਮੈਂ ਪਿਛਲੇ ਦਿਨਾਂ 'ਚ ਇੱਥੇ ਕਿਤਾਬ ਤੁਹਾਡੇ ਕੋਲ ਪੇਸ਼ ਕੀਤੀ ਸੀ ਅੱਜ ਵੀ ਮੇਰੇ ਕੋਲ ਪਈ ਹੈ ਪ੍ਰਿਥੀ ਚੰਦ ਦੇ ਪੁੱਤਰ ਦੀ ਵੀ ਰਚਨਾ ਉਹਦੇ ਪੋਤਰੇ ਦੀ ਵੀ ਰਚਨਾ ਉਹ ਨਾਨਕ ਸ਼ਬਦ ਵੀ ਵਰਤਦਾ ਹੈ ਉਹ ਮਹੱਲਾ ਵੀ ਵਰਤਦਾ ਹੈ ਇਹ ਸਭ ਕੁਝ ਉਸਨੇ ਇਸ ਲਈ ਕੀਤਾ ਤਾਂ ਕਿ ਲੋਕਾਂ ਨੂੰ ਭੁਲੇਖਾ ਪੈ ਸਕੇ ਕਿ ਜੇ ਰਚਨਾ ਦਾ ਨਾਂ ਹੀ ਗੁਰੂ ਹੈ ਤੇ ਫਿਰ ਆਹ ਵੀ ਹੈ ਪਰ ਇੰਨੇ ਅਡੰਬਰ ਕਰਨ ਤੋਂ ਬਾਅਦ ਵੀ ਤੁਸੀਂ ਪ੍ਰਿਥੀ ਚੰਦ ਨੂੰ ਗੁਰੂ ਮੰਨਦੇ ਹੋ ਉਹ ਆਪਣੇ ਆਪ ਨੂੰ ਛੇਵਾਂ ਗੁਰੂ ਲਿਖਦਾ ਉਹ ਆਪਣੇ ਆਪ ਨੂੰ ਮਹੱਲਾ ਸੱਤਵਾਂ ਲਿਖਦਾ ਹੈ ਆਪਣੇ ਪੁੱਤਰ ਨੂੰ ਉਹ ਆਪਣੇ ਪੋਤਰੇ ਨੂੰ ਮਹੱਲਾ ਅੱਠਵਾਂ ਲਿਖਦਾ ਹੈ ਹਰ ਜੀ ਨੂੰ ਪ੍ਰਿਥੀ ਚੰਦ ਦਾ ਪੁੱਤਰ ਹੈ ਮਿਹਰਬਾਨ ਮਿਹਰਬਾਨ ਦਾ ਪੁੱਤਰ ਹੈ ਹਰ ਜੀ ਉਹ ਉਹਨੂੰ ਛੇਵਾਂ ਸੱਤਵਾਂ ਅੱਠਵਾਂ ਮਹੱਲਾ ਲਿਖਦੇ ਹੈ ਪਰ ਤੁਸੀਂ ਨਹੀਂ ਮੰਨਦੇ ਅੱਜ ਪ੍ਰਿਥੀ ਚੰਦ ਦੀ ਬਾਣੀ ਰਚਨਾ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕੋਈ ਪ੍ਰਕਾਸ਼ ਕਰਨਾ ਚਾਹੇ ਕਰਨ ਦਿੰਦੇ ਹੋ ਇਹਨੂੰ ਨਾਲ ਨਾਲ ਆਪਣੇ ਫੈਸਲੇ ਬੜੇ ਸਪਸ਼ਟ ਕਰਨੇ ਚਾਹੀਦੇ ਗੁਰੂ ਕੀ ਹਜ਼ੂਰੀ 'ਚ ਅਸੀਂ ਅਲੱਗ ਲਬੇੜ ਨਹੀਂ ਰੱਖਣਾ ਚਾਹੁੰਦੇ ਪ੍ਰਿਥੀ ਚੰਦ ਦੇ ਉਹਨਾਂ ਰਚਨਾ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕੋਈ ਪ੍ਰਕਾਸ਼ ਕਰਨਾ ਚਾਹੇ ਕਰਨ ਦਿੰਦੇ ਹੋ ਉਹ ਤਾਂ ਗੁਰੂ ਪੁੱਤਰ ਹੈ ਉਹ ਸ਼ੱਕ ਹੀ ਨਹੀਂ ਇੱਥੇ ਬਸ ਨੇ ਜੇ ਭਲਾ ਪ੍ਰਿਥੀ ਚੰਦ ਦੀ ਕਿਸੇ ਰਚਨਾ ਜਿਹਦੇ ਨਾਲ ਨਾਨਕ ਸ਼ਬਦ ਵੀ ਹੈ ਮਹੱਲਾ ਵੀ ਹੈ ਰਾਗ ਵੀ ਹੈ ਇੱਥੇ ਮੇਰੇ ਕੋਲ ਪਈ ਹੈ ਮੈਂ ਤੁਹਾਨੂੰ ਦੱਸਦਾ ਉਸ ਕਿਸੇ ਰਚਨਾ ਨੂੰ ਕੋਈ ਅੰਮ੍ਰਿਤ ਦੀਆਂ ਬਾਣੀਆਂ ਵਿੱਚ ਸ਼ਾਮਿਲ ਕਰਨਾ ਚਾਹੇ ਕਰਨ ਦਿੰਦੇ ਹੋ ਕੋਈ ਆਖੇ ਰੋਜ਼ ਪੜ੍ਹਿਆ ਕਰ ਪ੍ਰਿਥੀ ਚੰਦ ਦੀ ਬਾਣੀ ਦਾ ਨਿਤਨੇਮ ਕਰਿਆ ਕਰਨ ਦਿੰਦੇ ਹੋ ਦੇਖੋ ਜਾ ਕੇ ਸੱਚਾਈ ਤੇ ਖੜੇ ਹੋ ਨਹੀਂ ਤਾਂ ਅਸੀਂ ਬੇਮਕ ਫਿਰ ਪ੍ਰਸਥਾਨ ਦੇ ਉਸ ਲਾਈਨ ਵਿੱਚ ਆ ਜਾਵਾਂਗੇ ਬੜਾ ਸਪਸ਼ਟ ਆ ਜੇ ਪ੍ਰਿਥੀ ਚੰਦ ਦੀ ਰਚਨਾ ਗੁਰੂ ਨਹੀਂ ਤਾਂ ਕਿਉਂ ਨੇ ਹਾਲਾਂਕਿ ਉਹਦੇ ਨਾਨਕ ਸ਼ਬਦ ਵੀ ਹੈ ਮਹੱਲਾ ਜੇ ਪ੍ਰਿਥੀ ਚੰਦ ਦੀ ਰਚਨਾ ਅੰਮ੍ਰਿਤ ਵਿੱਚ ਸ਼ਾਮਿਲ ਨਹੀਂ ਹੋ ਸਕਦੀ ਤਾਂ ਕਿਉਂ ਨੇ ਜੇ ਪ੍ਰਿਥੀ ਚੰਦ ਦੀ ਰਚਨਾ ਸਾਡੇ ਨਿਤਨੇਮ ਵਿੱਚ ਸ਼ਾਮਿਲ ਨਹੀਂ ਹੋ ਸਕਦੀ ਕਿਉਂ ਨੇ ਇੱਕੋ ਹੀ ਜਵਾਬ ਹੈ ਨਾ ਕਿਉਂਕਿ ਪ੍ਰਿਥੀ ਚੰਦ ਗੁਰੂ ਨੇ ਹੈ ਕੋਈ ਸੁਣਨਾ ਸਾਡੇ ਕੋਲ ਜਵਾਬ ਅਸੀਂ ਆਖਾਂਗੇ ਪ੍ਰਿਥੀ ਚੰਦ ਗੁਰੂ ਨੇ ਗੁਰਿਆਈ ਅਰਜਨ ਨੂੰ ਮਿਲੀ ਹੈ ਇਸ ਲਈ ਬਾਣੀ ਗੁਰੂ ਅਰਜਨ ਸਾਹਿਬ ਦੀ ਸ਼ਾਮਿਲ ਹੋ ਸਕਦੀ ਪ੍ਰਿਥੀ ਚੰਦ ਦੀ ਨਹੀਂ ਉਹ ਪੜ੍ਹਿਓ ਮੈਂ ਕਿੱਥੋਂ ਤੱਕ ਜਾਊਂ ਬੜਾ ਕੁਝ ਕਹਿਣ ਨੂੰ ਹੈ
ਮਹੀਨਿਆਂ ਬਾਅਦ ਲਗਾਤਾਰ ਕਹਿੰਦਾ ਚਲਾ ਜਾਵਾਂ ਸਤਿਗੁਰ ਦੀ ਬਖਸ਼ਿਸ਼ ਸਦਕਾ ਮੈਟਰ ਹੈ। ਸੋਚਿਓ ਸਮਾਂ ਹੋ ਗਿਆ ਹੈ, ਸੋਚਿਓ ਜੇ ਪ੍ਰਿਥੀ ਚੰਦ ਦੀ ਰਚਨਾ ਸਾਡੇ ਅੰਮ੍ਰਿਤ ਵਿੱਚ ਸ਼ਾਮਿਲ ਨਹੀਂ, ਜੇ ਸਾਡੇ ਨਿਤਨੇਮ ਵਿੱਚ ਸ਼ਾਮਿਲ ਨਹੀਂ ਹੋ ਸਕਦੀ, ਜੇ ਪ੍ਰਿਥੀ ਚੰਦ ਸਾਡਾ ਗੁਰੂ ਨਹੀਂ ਹੋ ਸਕਦਾ, ਤਾਂ ਇਸ ਲਈ ਕਿਉਂਕਿ ਗੁਰੂ ਰਾਮਦਾਸ ਸਾਹਿਬ ਨੇ ਆਪਣੀ ਮੌਜੂਦਗੀ ਵਿੱਚ ਅਰਜਨ ਨੂੰ ਸਿੰਘਾਸਨ ਦੇ ਦਿੱਤਾ ਹੈ, ਇਹ ਗੱਦੀ ਦਾ ਫੈਸਲਾ ਕਰ ਦਿੱਤਾ। ਇਹਨੂੰ ਕਹਿੰਦੇ ਗੱਦੀ ਮਸ਼ੀਨੀ ਕਿਉਂ ਸ਼ੁਰੂ ਹੋਈ, ਕਰ ਦਿੱਤਾ ਤੇ ਜੀ ਭਰਿਓ ਇਹ ਨਹੀਂ ਤੇ ਫਿਰ ਮੈਨੂੰ ਤੁਸੀਂ ਦੱਸੋਗੇ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਗੱਦੀ ਨਿਸ਼ਾਨੀ ਦਾ ਫੈਸਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਕਰ ਦਿੱਤਾ, ਤੁਹਾਡੀ ਮੌਜੂਦਗੀ ਵਿੱਚ ਕੀਤਾ, ਕੋਈ ਪੜਦਾ ਨਹੀਂ ਕੀਤਾ, ਕੋਈ ਕਨਾਤ ਨਹੀਂ ਲਾਇਆ, ਤੁਹਾਡੀ ਮੌਜੂਦਗੀ ਵਿੱਚ ਕੀਤਾ ਤੇ ਕਰ ਦਿੱਤਾ। ਅੱਜ ਤੋਂ ਤੁਹਾਡਾ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ। ਕੋਈ ਗ੍ਰੰਥ ਹੋਰ ਹੋਵੇ ਵੀ ਜਿਹਨੂੰ ਦਸਮ ਗ੍ਰੰਥ ਦਾ ਨਾਮ ਦਿੱਤਾ ਗਿਆ 100 ਸਾਲ 150 ਸਾਲ ਬਾਅਦ, ਕੋਈ ਵਿਚਿੱਤਰ ਨਾਟਕ ਗ੍ਰੰਥ ਹੋਵੇ, ਉਹਦੀਆਂ ਰਚਨਾਵਾਂ ਵੀ ਹੋਣ, ਹਾਲਾਂਕਿ ਉਹਦੇ ਨਾਂ ਨਾਲ ਨਾਨਕ ਸ਼ਬਦ ਵੀ ਕੋਈ, ਮਹੱਲਾ ਵੀ ਕੋਈ ਨਹੀਂ, ਪਰ ਮੈਨੂੰ ਇਹ ਸਾਬਤ ਕਰੋਗੇ ਕਿ ਗੁਰੂ ਦਸਮ ਪਾਤਸ਼ਾਹ ਜੀ ਨੇ ਗੱਦੀ ਉਸ ਗ੍ਰੰਥ ਨੂੰ ਦਿੱਤੀ, ਤੇ ਜੇ ਗੱਦੀ ਉਸ ਗ੍ਰੰਥ ਨੂੰ ਵੀ ਨਹੀਂ ਦਿੱਤੀ ਤੇ ਫਿਰ ਉਹਦੀਆਂ ਰਚਨਾਵਾਂ ਪ੍ਰਿਥੀ ਚੰਦ ਦੀਆਂ ਰਚਨਾਵਾਂ ਨੇ ਅੰਮ੍ਰਿਤ ਵਿੱਚ ਸੱਚਾਈ ਮੰਨ ਲੈਣੀ ਚਾਹੀਦੀ। ਫਿਰ ਉਹ ਪ੍ਰਿਥੀ ਚੰਦ ਦੀਆਂ ਰਚਨਾਵਾਂ ਨੇ ਜੇ ਗੱਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮਿਲੀ ਹੈ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਦਿੱਤੀ ਗਈ ਹੈ, ਜਾ ਕੇ ਇਹ ਸਾਬਤ ਕਰੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੱਦੀ ਨਹੀਂ ਦਿੱਤੀ ਗਈ। ਇਹ ਗੱਲ ਮੈਂ ਜਦੋਂ ਸਭ ਤੋਂ ਪਹਿਲਾਂ ਇਸ ਗੱਲ ਸ਼ੁਰੂ ਕੀਤਾ, ਹਜ਼ੂਰ ਸਾਹਿਬ ਜਾ ਕੇ ਗਿਆ ਉਹਨਾਂ ਦੇ ਸਾਹਮਣੇ, ਕਹੀ ਮੈਂ ਕਿਹਾ ਮੈਨੂੰ ਸਾਬਤ ਕਰ ਦੱਸ ਦਿਓ ਕਿ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਦਿੱਤੀ ਗਈ ਕੋਈ ਹੋਰ ਗ੍ਰੰਥ ਵੀ ਨਾਲ ਪ੍ਰਕਾਸ਼ ਸੀ? ਕੋਈ ਜਵਾਬ ਨਹੀਂ ਸੀ, ਔਰ ਅੱਜ ਤੱਕ ਮੈਨੂੰ ਇਸ ਗੱਲ ਦਾ ਜਵਾਬ ਨਹੀਂ ਮਿਲਿਆ। ਤੇ ਜੇ ਗੱਦੀ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਦਿੱਤੀ ਗਈ ਹੈ ਤੇ ਅਸੀਂ ਦੂਜੇ ਨੂੰ ਕਿਸ ਤਰ੍ਹਾਂ ਗੁਰੂ ਦੀ ਰਚਨਾ ਆਖ ਰਹੇ ਹਾਂ? ਇਉਂ ਹੀ ਆਖ ਰਿਹਾ ਜਿਵੇਂ ਪ੍ਰਿਥੀ ਚੰਦ ਨੂੰ ਆਖ ਰਿਹਾ ਹੋਈਏ ਕਿ ਪ੍ਰਿਥੀ ਚੰਦ ਦੀ ਰਚਨਾ ਵੀ ਗੁਰੂ ਦੀ ਰਚਨਾ ਹੈ। ਗੁਰੂ ਨੇ ਇਹ ਫੈਸਲਾ ਆਪਣੀ ਹੱਥੀ ਗੱਦੀ ਦੇ ਕੇ ਕਰ ਦਿੱਤਾ ਹੈ। ਅਸੀਂ ਰੋਜ਼ ਪੜ੍ਹੀ ਕੇ ਜਾਂਦੇ ਹਾਂ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਇਹ ਗੱਲ ਤੇ ਸਾਨੂੰ ਬੜੀ ਯਾਦ ਆਸਾਨੀ ਨਾਲ ਕਰ ਗਈ ਤੇ ਜਦੋਂ ਸਾਡੇ ਸਾਹਮਣੇ ਆਉਂਦਾ ਨਾ ਕਿ ਪ੍ਰਿਥੀ ਚੰਦ ਦੀ ਰਚਨਾ ਸਾਡਾ ਨਿਤਨੇਮ ਨਹੀਂ ਬਣ ਸਕਦੀ, ਪ੍ਰਿਥੀ ਚੰਦ ਦੀ ਰਚਨਾ ਸਾਡਾ ਅੰਮ੍ਰਿਤ ਨਹੀਂ ਬਣ ਸਕਦੀ, ਜਿਹੜਾ ਉਸਨੂੰ ਉਸ ਰਚਨਾ ਨੂੰ ਅੰਮ੍ਰਿਤ ਤੇ ਸ਼ਾਮਿਲ ਕਰਦਾ ਉਹ ਸਮਝ ਲੈ ਪ੍ਰਿਥੀ ਚੰਦ ਨੂੰ ਸ਼ਾਮਿਲ ਕਰ ਲਿਆ, ਕਿਉਂਕਿ ਇਹ ਫੈਸਲਾ ਗੁਰੂ ਦਾ ਹੈ, ਗੁਰੂ ਆਖਦੇ ਨੇ ਜੇ ਹੁੰਦੇ ਜਸ ਵਰਤਿਆ
ਭਲਿਓ ਆਪਾਂ ਗੁਰੂ ਦੀ ਗੱਲ ਦੇ ਸਾਹਮਣੇ ਵਿਮੁਖਤਾ ਨਾ ਦਿਖਾਈਏ। ਫੈਸਲਾ ਗੁਰੂ ਦਾ ਆਪਣਾ ਹੈ। ਬੜੀਆਂ ਕਹਾਣੀਆਂ ਅੱਜ ਵੀ ਘੜਦੇ ਰਹੇ, ਉਦੋਂ ਵੀ ਕਰੀਆਂ ਗਈਆਂ। ਉਹਨਾਂ ਵੇਖਿਆ ਕਿ ਕਿਸੇ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਸਾਬਤ ਕਰੋ ਕਿ ਸ੍ਰੀ ਚੰਦ ਲਖਮੀ ਦਾਸ ਹੈ। ਸਾਧਨ ਦੇ ਡੇਰਿਆਂ ਨੇ ਇੱਥੋਂ ਤੱਕ ਲਿਖ ਦਿੱਤਾ ਕਿ ਗੁਰੂ ਅਰਜਨ ਪਾਤਸ਼ਾਹ ਜੀ ਨੇ ਜਦੋਂ ਸੁਖਮਨੀ ਸਾਹਿਬ ਉਚਾਰਨ ਕੀਤੀ ਨਾ, 16ਵੇਂ ਸਲੋਕ 'ਤੇ ਜਾ ਕੇ ਵਾਂ ਸੁੱਝਿਆ ਹੀ ਨਾ, ਅਗਰ ਗੱਲ ਨਾ ਸੁੱਝੇ ਹੈ। ਗੁਰੂ ਜਿਹਨੂੰ ਗੁਰੂ ਅਮਰਦਾਸ ਸਾਹਿਬ ਨੇ ਆਖਿਆ ਹੋਵੇ ਬੁੱਧ ਤਾਂ ਬਾਣੀ ਕਬੋਏ ਥਾ, ਇਹ ਗੁਰੂ ਅਮਰਦਾਸ ਸਾਹਿਬ ਦੇ ਬੱਚੇ ਜਿਸ ਦੋਹਤੇ ਨੂੰ ਬਾਣੀ ਦਾ ਬੋਏ ਥਾ ਆਖਿਆ ਹੋਵੇ, ਉਹਨੂੰ ਗੁਰਬਾਣੀ ਦੀ ਇੱਕ ਲਾਈਨ ਨਾ ਸੁੱਝੇ, ਇੱਕ ਸਲੋਕ ਨਾ ਸੁੱਝੇ ਨਾ। ਉਹਨੀ ਦੇਰ ਨੂੰ ਸ੍ਰੀ ਚੰਦ ਜੀ ਆ ਕੇ ਕਹਿਣ ਲੱਗੇ, ਕਿਉਂ ਉਦਾਸ ਬੈਠੇ ਜੀ, ਆ ਸਲੋਕ ਪੂਰਾ ਕਰਨਾ ਪੂਰਾ ਨਹੀਂ ਹੁੰਦਾ, ਤੁਸੀਂ ਕਿਰਪਾ ਕਰੋ। ਬਸ ਉਸ ਵੇਲੇ ਬਾਬਾ ਸ੍ਰੀ ਚੰਦ ਜੀ ਨੇ ਸਲੋਕ ਉਚਾਰਿਆ, ਅੱਜ ਸੱਚ ਜੁਗਾਦ ਸੱਚ ਹੈ ਵੀ ਸੱਚ ਹੈ। ਤਾਂ ਇਹ ਸਾਬਤ ਕਰੀਏ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ੍ਰੀ ਚੰਦ ਦੀ ਰਚਨਾ ਵੀ ਹੈ। ਉਹ ਭਲਿਓ ਜਿਹੜੇ ਸਾਡੇ ਵਿੱਚ ਰਚਨਾ ਸ਼ਾਮਿਲ ਕਰ ਰਹੇ, ਉਹ ਤਾਂ ਇਹ ਵੀ ਨਹੀਂ ਸ਼ਾਮਿਲ ਕਰ ਸਾਬਤ ਕਰ ਸਕਦੇ ਕਿ ਇਹਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਰਚਨਾ ਹੈ। ਅਸੀਂ ਫਿਰ ਵੀ ਸਿਰ ਚੜਾਈਏ, ਅਸੀਂ ਫਿਰ ਵੀ ਗੁਰੂ ਨੂੰ ਨਹੀਂ ਪਛਾਣ ਰਹੇ, ਅਸੀਂ ਫਿਰ ਵੀ ਬਾਣੀ ਨੂੰ ਨਹੀਂ ਪਛਾਣ ਰਹੇ, ਅਸੀਂ ਫਿਰ ਵੀ ਸ਼ਬਦ ਦੀ ਪਛਾਣ ਨਹੀਂ ਕਰ ਰਹੇ ਕਿ ਸਾਡਾ ਗੁਰੂ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ, ਸਾਡੀ ਗੁਰਬਾਣੀ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ਾਮਿਲ ਬਾਣੀ ਹੀ ਹੈ। ਉਸ ਤੋਂ ਬਿਨਾਂ ਨਾ ਸਾਡੀ ਕੋਈ ਗੁਰਬਾਣੀ ਹੈ, ਨਾ ਸਾਡਾ ਕੋਈ ਗੁਰੂ ਹੈ। ਇਸ ਵਿਸ਼ਵਾਸ ਨਾਲ ਤੁਰੋ, ਨਹੀਂ ਤਾਂ ਅਸੀਂ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਕੇ ਬੇਮੁੱਖ ਹੋ ਰਹੇ ਹੋਵਾਂਗੇ, ਉੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਕੀਤੇ ਹੋਏ ਫੈਸਲੇ ਤੋਂ ਵੀ ਬੇਮੁੱਖ ਹੋ ਰਹੇ ਹੋਵਾਂਗੇ। ਦਸਮ ਪਿਤਾ ਵਰਗ ਨੂੰ ਵੀ ਅਸੀਂ ਪਿੱਠ ਕਰ ਰਹੇ ਹੋਵਾਂਗੇ। ਇਹਨਾਂ ਸ਼ਬਦਾਂ ਨਾਲ ਖਿਮਾ ਦਾ ਜਾਚੇ ਖਾਂ, ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ ਵਾਹ।